ਆ ਦੇਖੋ ਸਰਪੰਚ ਦੀ ਗੁੰਡਾਗਰਦੀ, ਦੁਕਾਨ ਚ ਵੜ ਕੇ ਕੁੱਟਿਆ ਦੁਕਾਨਦਾਰ, ਸਕੂਟੀ ਦੀ ਪਾਰਕਿੰਗ ਨੂੰ ਲੈ ਕੇ ਹੋਈ ਸੀ ਤਕਰਾਰ। ਤਾਂ ਦੱਸ ਦਈਏ ਕਿ ਇੱਕ ਸਰਪੰਚ ਦੀ ਗੁੰਡਾਗਰਦੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿਸ ਦੇ ਵਿੱਚ ਦੁਕਾਨਦਾਰ ਦੀ ਇਸ ਦੇ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਰਪੰਚ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਦੁਕਾਨਦਾਰ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ, ਜਿੱਥੇ ਜ਼ਖਮੀ ਦੁਕਾਨਦਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੁਕਾਨ 'ਤੇ ਸਕੂਟੀ ਖੜਾਉਣ ਨੂੰ ਲੈ ਕੇ ਸਰਪੰਚ ਦੇ ਨਾਲ ਉਸਦੀ ਤੂਤੂ ਮੈਂ ਹੋ ਗਈ ਸੀ, ਜਿਸ ਤੋਂ ਬਾਅਦ ਸਰਪੰਚ ਦੇ ਵੱਲੋਂ ਆਪਣੇ ਸਾਥੀਆਂ ਨੂੰ ਬੁਲਾ ਕੇ ਉਸਦੀ ਦੁਕਾਨ ਦੇ ਵਿੱਚ ਕੁੱਟਮਾਰ ਕੀਤੀ ਗਈ। ਤਾਂ ਇਹ ਕੁੱਟਮਾਰ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਆ, ਜਿਸ ਦੇ ਵਿੱਚ ਇਹ ਸਰਪੰਚ ਸ਼ਰੇਆਮ ਇਸ ਦੁਕਾਨਦਾਰ ਦੇ ਨਾਲ ਕੁੱਟਮਾਰ ਕਰਦਾ ਹੋਇਆ ਨਜ਼ਰ ਆ ਰਿਹਾ, ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਇਸ ਦੁਕਾਨਦਾਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਹੁਣ ਇਸ ਦੇ ਵੱਲੋਂ ਪੁਲਿਸ ਦੇ ਅੱਗੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਤਾਂ ਸ਼ਰੇਆਮ ਇਸ ਦੁਕਾਨਦਾਰ ਦੀ ਕੁੱਟਮਾਰ ਹੋਈ ਹੈ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਹੁਣ ਪੁਲਿਸ ਦੀ ਨਿਗਰਾਨੀ ਹੇਠ ਮਾਮਲਾ ਆਇਆ ਅਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਮੇਰਾ ਨਾਮ ਸੌਰਵ ਹੈ। ਕੱਲ੍ਹ ਮੈਂ ਗ੍ਰਾਈ ਕਰਨ ਗਿਆ ਹੋਇਆ ਸੀਗਾ ਅਤੇ ਉੱਥੇ ਮੈਂ ਸਕੂਟੀ ਪਾਰਕ ਕੀਤੀ ਹੈ, ਮੈਂ ਪੇਮੈਂਟ ਲੈ ਰਿਹਾ ਸੀਗਾ ਅਤੇ ਇੱਕ ਬੰਦਾ ਪਿੱਛੋਂ ਆ ਕੇ ਕੰਟੀਨਿਊਸਲੀ ਹਾਰਨ ਵਜਾਈ ਜਾ ਰਿਹਾ ਸੀਗਾ, ਜਿਹਦਾ ਨਾਮ ਮਨੋਹਰ ਹੈਗਾ, ਸਰਪੰਚ ਹੈਗਾ ਫਰਵਾਲ ਪਿੰਡ ਦਾ। ਔਰ ਉਹਨੇ ਆ ਕੇ ਮਤਲਬ ਉੱਥੇ ਇੱਕਦਮ ਵਜਾਈ ਜਾ ਰਹੀ ਹੋਰਨ ਔਰ ਬਾਰ ਬਾਰ ਬੋਲੀ ਜਾ ਰਹੀ ਸਕੂਟੀ ਸਾਈਡ 'ਤੇ ਕਰੋ, ਮੈਂ ਸਕੂਟੀ ਸਾਈਡ 'ਤੇ ਕਰਨ ਲੱਗਿਆ ਅਤੇ ਮੈਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਉਹਨੇ। ਉਸ ਤੋਂ ਬਾਅਦ ਉਹਨੇ ਕੀ ਕੀਤਾ ਕਿ ਮੈਨੂੰ ਕਹਿੰਦਾ ਕਿ ਸਕੂਟੀ ਵਿਚਕਾਰ ਲਗਾ, ਮੈਂ ਤੇਰੀ ਸਕੂਟੀ ਨੂੰ ਹਿੱਟ ਕਰਨਾ, ਠੀਕ ਹੈ। ਮੈਂ ਉਹਨੂੰ ਕਿਹਾ, ਮੈਂ ਕਿਹਾ ਚੱਲ ਤੂੰ ਲੰਘ ਜਾ, ਹੁਣ ਰਸਤਾ ਮਿਲ ਗਿਆ, ਤੂੰ ਚਲੇ ਜਾ। ਬਾਰ ਬਾਰ ਇਸ ਤਰ੍ਹਾਂ ਕਰੀ ਜਾ, ਮੈਂ ਸਕੂਟੀ ਅੱਗੇ ਕਰਨ ਲੱਗਾ, ਇਹਨੇ ਕੀ ਕੀਤਾ ਕਿ ਪਿੱਛੋਂ ਲਿਆ ਕੇ ਗੱਡੀ ਸਕੂਟੀ ਦੇ ਵਿੱਚ ਮਾਰ ਦਿੱਤੀ, ਸਕੂਟੀ ਦੇ ਵਿੱਚ ਮਾਰ ਕੇ ਫਿਰ ਉਸ ਤੋਂ ਬਾਅਦ ਫੋਨ ਕਰਨ ਲੱਗ ਪਿਆ ਇਹਨੇ ਦੋ ਆਪਣੇ ਮੁੰਡਿਆਂ ਨੂੰ, ਜਿਹਦਾ ਨਾਮ ਨਵੀਨ ਨਿਤਿਨ ਹੈਗਾ ਔਰ ਛੋਟੇ ਦਾ ਨਾਮ ਮੈਨੂੰ ਪਤਾ ਨਹੀਂ ਕੀ ਹੈਗਾ, ਸ਼ਾਇਦ ਮਾਨਿਕ ਹੈ। ਔਰ ਉਹਨੂੰ ਬੁਲਾ ਲਿਆ ਇਹਨਾਂ ਨੇ। ਉਸ ਤੋਂ ਬਾਅਦ ਇਹਨੇ ਬੁਲਾ ਕੇ ਤਿੰਨੋਂ ਜਣੇ ਨੇ ਮੇਰੇ 'ਤੇ ਹਮਲਾ ਬੋਲ ਦਿੱਤਾ, ਹਮਲਾ ਬੋਲ ਦਿੱਤਾ ਇਹਨਾਂ ਨੇ, ਮੈਨੂੰ ਮਾਰਕੁੱਟ ਕੀਤੀ ਹੈ। ਔਰ ਉਸ ਤੋਂ ਬਾਅਦ ਮੈਂ ਦੁਕਾਨ ਦੇ ਅੰਦਰ ਚਲੇ ਗਿਆ ਦੁਬਾਰਾ, ਮੈਂ ਅੰਦਰ ਗਿਆ, ਮੈਂ ਅੰਦਰ ਜਾ ਕੇ ਫਿਰ ਇਹਨਾਂ ਇਹ ਬਾਹਰ ਖੜ੍ਹੇ ਹੋ ਕੇ ਮੈਨੂੰ ਗਾਲਾਂ ਕੱਢ ਰਹੇ ਸੀਗੇ ਅਤੇ ਮੈਂ ਫਿਰ ਵੀ ਚੁੱਪ ਰਿਹਾ, ਮੈਂ ਕਿਹਾ ਚਲੋ ਕੋਈ ਨਹੀਂ ਚਲੇ ਜਾਣਗੇ ਹੁਣ। ਉਸ ਦੇ ਬਾਵਜੂਦ ਇਹਨਾਂ ਨੇ ਕੀ ਕੀਤਾ ਕਿ 10-15 ਮਿੰਟ ਬਾਅਦ ਇਹਨਾਂ ਨੇ 3 ਮੁੰਡੇ ਹੋਰ ਬੁਲਾ ਕੇ ਦੁਕਾਨ ਦੇ ਅੰਦਰ ਇਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ, ਮੇਰੇ ਸਿਰ 'ਤੇ ਸਟੂਲ ਮਤਲਬ ਟੀਨ ਤੇਲ ਦੇ ਬਹੁਤ ਸਾਰੀਆਂ ਚੀਜ਼ਾਂ ਮਾਰੀਆਂ, ਠੀਕ ਹੈ, ਜਿਹੜਾ ਮੇਰਾ ਸਿਰ ਵੀ ਪਾੜ ਦਿੱਤਾ ਹੋਇਆ ਇਹਨਾਂ ਨੇ, ਠੀਕ ਹੈ। ਔਰ ਉਸਦੇ ਬਾਵਜੂਦ ਵੀ ਇਹਨਾਂ ਨੇ ਮੈਨੂੰ ਛੱਡਿਆ ਨਹੀਂ, ਪਰ ਕੁੱਟਦੇ ਰਹੇ ਮੈਨੂੰ ਕੰਟੀਨਿਊਸਲੀ, ਜਿਹਦੀ ਫੁਟੇਜ ਜਿਹੜੀ ਹੈਗੀ ਹੈ ਮੈਂ ਆਲਰੇਡੀ ਸਾਰਿਆਂ ਨਾਲ ਸ਼ੇਅਰ ਕਰ ਦਿੱਤੀ ਹੈ। ਬਾਕੀ ਮੈਨੂੰ ਪੁਲਿਸ ਤੋਂ ਪੂਰੀ ਆਸ ਹੈਗੀ ਹੈ ਕਿ ਮੈਨੂੰ ਉਹ ਇਨਸਾਫ ਦਿਲਾਉਣਗੇ। ਬਈਆ ਤੁਸੀਂ ਕਲੈਕਸ਼ਨ ਕਿਸ ਚੀਜ਼ ਦੀ ਕਰਨ ਗਏ ਸੀ? ਮੈਂ ਆਪਣੀ ਕਲੈਕਸ਼ਨ ਕਰਨ ਗਿਆ ਸੀ, ਮੇਰਾ ਆਪਣਾ ਬਿਜ਼ਨਸ ਹੈਗਾ ਹੋਲਸੇਲ ਦਾ ਕਨਫੈਕਸ਼ਨਰੀ ਆਈਟਮ ਦਾ, ਮੇਰੇ ਕੋਲ ਤਕਰੀਬਨ 35-40 ਹਜ਼ਾਰ ਰੁਪਇਆ ਕੈਸ਼ ਵੀ ਸੀਗਾ, ਜਿਹਦੇ ਵਿੱਚ 8,000 ਰੁਪਏ ਰੀਸੈਂਟਲੀ ਉਸੇ ਟਾਈਮ ਮੈਂ ਕੈਸ਼ ਲਿੱਤਾ ਸੀਗਾ, ਜਿਹਦੇ ਵਿੱਚ ਸਿਰਫ 500 ਰੁਪਏ ਮੇਰੀ ਪੋਕਟ 'ਚ ਰਹੇਗਾ, ਬਾਕੀ ਕੈਸ਼ ਮੈਨੂੰ ਪਤਾ ਨਹੀਂ ਗਿਆ ਮੇਰੇ ਕਿੱਥੇ ਗਿਆ ਕੈਸ਼। ਅਤੇ ਭਈਆ ਕਿਹਾ ਜਾ, ਇਹਦੇ ਵਿੱਚ 2-3 ਜਣੇ ਅਣਪਛਾਤੇ ਸੀਗੇ, ਬਾਕੀ ਮਨੋਹਰੀ ਔਰ ਜਿਹੜਾ ਸਰਪੰਚ ਹੈਗਾ ਉਹਦੇ 2 ਮੁੰਡੇ ਵੀ ਨਾਲ ਸੀਗੇ। ਕਿਆ ਇਹਦੇ ਸੰਬੰਧੀ ਤੁਸੀਂ ਥਾਣੇ ਕੰਪਲੇਂਟ ਕਰਾਈ ਹੈ, ਤੁਹਾਨੂੰ ਕੀ ਆਸ਼ਵਾਸਨ ਦਿੱਤਾ ਗਿਆ ਥਾਣੇ? ਮੈਨੂੰ ਆਸ਼ਵਾਸਨ ਦਿੱਤਾ ਗਿਆ ਕਿ ਇੱਥੇ 307 ਔਰ 456 ਲਾਈ ਜਾਏਗੀ, ਠੀਕ ਹੈ ਜੀ, ਔਰ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਇਹਨਾਂ 'ਤੇ ਕਾਰਵਾਈ ਕੀਤੀ ਜਾਏਗੀ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਤੁਸੀਂ? ਮੈਂ ਮੰਗ ਕਰਦਾ ਕਿ ਇਨਸਾਫ਼ ਦਿੱਤਾ ਜਾਏ ਔਰ ਇਹੋ ਜਿਹੇ ਬਦਮਾਸ਼ ਟਾਈਪ ਲੋਕਾਂ ਦੇ ਉੱਪਰ ਬਿਲਕੁਲ ਸਟ੍ਰਿਕਟਲੀ ਐਕਸ਼ਨ ਲਿੱਤਾ ਜਾਏ, ਕਿਉਂਕਿ ਅੱਜ ਮੇਰੇ ਨਾਲ ਹੋਇਆ, ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦਾ। ਭਈਆ ਕਿਆ ਸੁਣਨ 'ਚ ਵੀ ਹੈ ਕਿ ਇਹਦੀ ਵੀਡੀਓ ਵੀ ਵਾਇਰਲ ਕੀਤੀ ਗਈ ਹੈ?
ਕਿਸੇ ਬਿਲਕੁਲ ਵੀਡੀਓ ਵਾਇਰਲ ਹੋਈ ਹੈ ਜੀ, ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਆਪੇ ਵੀਡੀਓ ਦੇਖ ਕੇ ਪਤਾ ਚੱਲ ਜਾਏਗਾ ਕਿ ਕਿਹਦਾ ਕਸੂਰ ਹੈਗਾ ਕਿਹਦਾ ਨਹੀਂ ਹੈ। ਇੱਕ ਜਾਣੇ ਨੂੰ ਸੱਤ ਸੱਤ ਅੱਠ ਅੱਠ ਜਾਣੇ ਮਿਲ ਕੇ ਕੁੱਟ ਰਹੇ, ਠੀਕ ਹੈ, ਉਹਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੇ ਕਿਹਦੀ ਗਲਤੀ ਹੈਗੀ ਹੈ ਅਤੇ ਕਿਹਦੀ ਗਲਤੀ ਨਹੀਂ। ਇਹਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਜੀ, ਨਰੋਟ ਪੁਲੀ 'ਤੇ ਦੋਵਾਂ ਪਾਰਟੀਆਂ ਵਿੱਚ ਦੋ ਪਾਰਟੀ ਕੀ ਕੇਕਾਂ ਪਾਸੇ, ਅਤੇ ਇੱਕ ਲੜਕਾ ਸੀ ਸੌਰਵ, ਸੌਰਵ ਪੁੱਤਰ ਸੁਭਾਸ਼ ਚੰਦਰ ਵਾਸੀ ਅਦਾ ਸਕਲੋਨੀ ਸਰਨਾ। ਇਹ ਕਿਤੇ ਆਪਣੇ ਪ੍ਰਚੂਨ ਦਾ ਸਮਾਨ ਜਿਹੜਾ ਸਪਲਾਈ ਕਰਦਾ ਸੀ, ਅਤੇ ਉੱਥੇ ਸਰਪੰਚ ਹੈਗੇ ਨੇ ਮਨੋਹਰ ਲਾਲ ਪੁੱਤਰ ਸਾਈਂ ਦਾਸ, ਡੇਰਾ ਬਸੰਤਪੁਰੀ ਦੇ, ਡੇਰਾ ਬਾਬਾ ਬਸੰਤਪੁਰੀ ਦੇ, ਉਹਨਾਂ ਨਾਲ ਅਤੇ ਉਹਨਾਂ ਦੇ ਬੰਦਿਆਂ ਨਾਲ, ਕੁਝ ਬੰਦਿਆਂ ਨਾਲ ਇਹਨਾਂ ਦਾ ਮਾਮੂਲੀ ਝਗੜਾ ਹੋ ਗਿਆ ਸੀ, ਅਤੇ ਉੱਥੇ ਕੁੱਟਮਾਰ ਕੀਤੀ ਗਈ ਸੀ। 31 ਤਰੀਕ ਨੂੰ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ, ਉਹਨੇ ਸਾਡੇ ਚਰਨਜੀਤ ਸਿੰਘ ASA ਨੇ ਉਹਨਾਂ ਪਾਸ ਆਪਣੀ ਸਟੇਟਮੈਂਟ ਕਰਵਾਈ ਸੀ, ਉਹਦੇ ਬਿਹੇਵ 'ਤੇ, ਸਟੇਟਮੈਂਟ ਦੇ ਬਿਹੇਵ 'ਤੇ ਆਪਾਂ ਜੋ ਕਾਰਵਾਈ ਬਣਦੀ ਸੀ ਮੁਕੱਦਮਾ ਦਰਜ ਕਰਤਾ ਸੀ। ਇਹਦੇ ਵਿੱਚ ਜਿਹੜੇ ਮਨੋਹਰ ਲਾਲ ਸਰਪੰਚ ਨੇ ਉਹਨਾਂ ਦੀ ਅਰੈਸਟ ਪੈ ਗਈ ਸੀ, ਅਤੇ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਅਤੇ ਕੋਰਟ ਦੇ ਹੁਕਮ ਮੁਤਾਬਕ ਇਹਨਾਂ ਨੂੰ ਸਬ ਜੇਲ੍ਹ ਪਠਾਨਕੋਟ ਜਿਹੜਾ ਬੰਦ ਕਰਾ ਦਿੱਤਾ ਜੀ। ਗਾ ਨੈਕਸਟ ਜਿਹੜੇ ਅਕਿਊਜ ਰਹਿੰਦੇ ਨੇ ਅਤੇ ਉਹਨਾਂ 'ਤੇ ਰੇਡ ਕੀਤੇ ਜਾ ਰਹੇ ਨੇ, ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਏਗੀ। ਅਗਲੇ ਜਿਹੜੇ ਉਹਨਾਂ ਵਿੱਚੋਂ ਕੋਈ ਗ੍ਰਿਫਤਾਰ ਨਹੀਂ ਹੋਇਆ, ਇਹਨਾਂ ਦੇ ਰੇਡ ਕੀਤੇ ਜੀ, ਇਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਮੁਕੱਦਮਾ ਦਰਜ ਹੋ ਗਿਆ, ਅਤੇ ਇਹ ਅੱਗੇ ਆਪਣੇ ਗ੍ਰਿਫਤਾਰੀ ਤੋਂ ਡਰਦੇ ਮਾਰੇ ਅੱਗੇ ਪਿੱਛੇ ਹੋ ਗਏ।